ਸਤਿ ਸੰਗਤ ਜੀ, ਇੱਕ ਵਾਰੀ ਫਿਰ ਗੱਜ ਕੇ ਆਖੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਮੈਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਇੱਕੋ ਹੀ ਬੇਨਤੀ ਕਰਨੀ ਚਾਹੁੰਦਾ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਦਾ ਬੂਟਾ ਆਪਣੇ ਹੱਥੀਂ ਲਾਇਆ ਸੀ, ਇੱਕ ਨੰਬਰ ਕੋਠੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਸੱਦ ਕੇ। ਅਤੇ ਮੈਂ ਗਰੀਬ ਨਵਾਜ਼ ਜੀ ਦੇ ਚਰਨਾਂ 'ਚ ਬੇਨਤੀ ਕਰਨੀ ਚਾਹੁੰਦਾ ਕਿ ਇਹ ਬੂਟਾ ਤੁਸੀਂ ਹਰਾ ਭਰਾ ਰੱਖਣਾ ਸਾਡੇ ਸਿਰ 'ਤੇ, ਸਾਡੇ ਮਿਹਰ ਭਰਿਆ ਹੱਥ ਰੱਖ ਕਿ ਤੁਸੀਂ ਇਹ ਸਾਡੇ ਤੋਂ ਸਾਰੀ ਸੇਵਾ ਲੈਣੀ ਹੈ। ਆਪ ਜੀ ਦੀ ਬਖਸ਼ਿਸ਼ ਜਿਹੜੀ ਹੈ ਸਦਾ ਹੀ ਬਣੀ ਰਹੇ ਸਾਰਿਆਂ ਦੇ। ਮਿੱਠੜੇ ਸੀ ਬੋਲ ਅਤੇ ਮਿੱਠੜੀਆਂ ਗੱਲਾਂ, ਮੁਸਕਾਨਾਂ ਮਿੱਠੀਆਂ ਸੀ ਦਇਆ ਦੀਆਂ ਛੱਲਾਂ। ਮਿੱਠੜੇ ਸੀ ਬੋਲ ਅਤੇ ਮਿੱਠੜੀਆਂ ਗੱਲਾਂ, ਮੁਸਕਾਨਾਂ ਮਿੱਠੀਆਂ ਸੀ ਦਇਆ ਦੀਆਂ ਛੱਲਾਂ। ਦਿੱਤਾ ਸਭਨਾਂ ਨੂੰ ਰੱਜਵਾਂ ਪਿਆਰ ਗੁਰੂ ਜਗਜੀਤ ਸਿੰਘ ਦੇ, ਸਾਨੂੰ ਭੁੱਲਦੇ ਨਾ ਪਰ ਉਪਕਾਰ ਗੁਰੂ ਜਗਜੀਤ ਸਿੰਘ ਦੇ, ਸਾਨੂੰ ਭੁੱਲਦੇ ਨਾ ਪਰ ਉਪਕਾਰ ਗੁਰੂ ਜਗਜੀਤ ਸਿੰਘ ਦੇ। ਜਨਮਾਂ ਦੇ ਭੁੱਖਿਆਂ ਨੂੰ ਤਖਤ ਬਿਠਾ ਦਿੱਤਾ, ਕੋਲਿਆਂ ਨੂੰ ਹੀਰਾ ਸੋਨਾ ਪਾਰਸ ਬਣਾ ਦਿੱਤਾ। ਜਨਮਾਂ ਦੇ ਭੁੱਖਿਆਂ ਨੂੰ ਤਖਤ ਬਿਠਾ ਦਿੱਤਾ, ਕੋਲਿਆਂ ਨੂੰ ਹੀਰਾ ਸੋਨਾ ਪਾਰਸ ਬਣਾ ਦਿੱਤਾ। ਜਦੋਂ ਮੇਰ ਵਾਲੀ ਨਿਗਾਹ ਦਿੱਤੀ ਮਾਰ ਗੁਰੂ ਜਗਜੀਤ ਸਿੰਘ ਦੇ, ਸਾਨੂੰ ਭੁੱਲਦੇ ਨਾ ਪਰ ਉਪਕਾਰ ਗੁਰੂ ਜਗਜੀਤ ਸਿੰਘ ਦੇ, ਸਾਨੂੰ ਭੁੱਲਦੇ ਨਾ ਪਰ ਉਪਕਾਰ ਗੁਰੂ ਜਗਜੀਤ ਸਿੰਘ ਦੇ। ਕੁੱਲੀਆਂ ਦੀ ਜਗ੍ਹਾ ਉੱਤੇ ਕੋਠੀਆਂ ਉਹ ਸਾਰੀਆਂ, ਊਚ ਨੀਚ ਵਾਲੀਆਂ ਦੀਵਾਰਾਂ ਢਾਈਆਂ ਸਾਰੀਆਂ। ਕੁੱਲੀਆਂ ਦੀ ਜਗ੍ਹਾ ਉੱਤੇ ਕੋਠੀਆਂ ਉਹ ਸਾਰੀਆਂ, ਊਚ ਨੀਚ ਵਾਲੀਆਂ ਦੀਵਾਰਾਂ ਢਾਈਆਂ ਸਾਰੀਆਂ। ਸੁਣੀ ਗਊ ਤੇ ਗਰੀਬ ਦੀ ਪੁਕਾਰ ਗੁਰੂ ਜਗਜੀਤ ਸਿੰਘ ਦੇ, ਸਾਨੂੰ ਭੁੱਲਦੇ ਨਾ, ਸਾਨੂੰ ਭੁੱਲਦੇ ਨਾ ਪਰ ਉਪਕਾਰ ਗੁਰੂ ਜਗਜੀਤ ਸਿੰਘ ਦੇ, ਸਾਨੂੰ ਭੁੱਲਦੇ ਨਾ ਪਰ ਉਪਕਾਰ ਗੁਰੂ ਜਗਜੀਤ ਸਿੰਘ ਦੇ। ਝਗੜੇ ਕਲੇਸ਼ ਇਹਦੇ ਦਾਰੇ ਆ ਕੇ ਮੁੱਕਦੇ, ਸੁਣ ਕੇ ਸੰਗੀਤ ਤੁਰੇ ਜਾਂਦੇ ਰਾਹੀ ਰੁਕਦੇ। ਝਗੜੇ ਕਲੇਸ਼ ਇਹਦੇ ਦਾਰੇ ਆ ਕੇ ਮੁੱਕਦੇ, ਸੁਣ ਕੇ ਸੰਗੀਤ ਤੁਰੇ ਜਾਂਦੇ ਰਾਹੀ ਰੁਕਦੇ। ਪੋਟੇ ਤਾਰਾਂ ਉੱਤੇ ਦਿੰਦੇ ਜਦੋਂ ਮਾਰ ਗੁਰੂ ਜਗਜੀਤ ਸਿੰਘ ਦੇ, ਸਾਨੂੰ ਭੁੱਲਦੇ ਨਾ, ਸਾਨੂੰ ਭੁੱਲਦੇ ਨਾ ਪਰ ਉਪਕਾਰ ਗੁਰੂ ਜਗਜੀਤ ਸਿੰਘ ਦੇ, ਸਾਨੂੰ ਭੁੱਲਦੇ ਨਾ ਪਰ ਉਪਕਾਰ ਗੁਰੂ ਜਗਜੀਤ ਸਿੰਘ ਦੇ। ਗੁਰ ਸੇਵਕ ਨੇ ਸੋਹਣੇ ਲਿਖੇ ਉਹਦੇ ਗੀਤ ਨੇ, ਨੀਵੇਂ ਹੋ ਕੇ ਜਿੱਤੇ ਆਏ ਜਗ ਜਗਜੀਤ ਨੇ। ਗੁਰ ਸੇਵਕ ਨੇ ਸੋਹਣੇ ਲਿਖੇ ਉਹਦੇ ਗੀਤ ਨੇ, ਨੀਵੇਂ ਹੋ ਕੇ ਜਿੱਤੇ ਆਏ ਜਗ ਜਗਜੀਤ ਨੇ। ਪੱਤ ਝੜ ਵਿੱਚ ਕਰਤੀ ਬਹਾਰ ਗੁਰੂ ਜਗਜੀਤ ਸਿੰਘ ਦੇ, ਸਾਨੂੰ ਭੁੱਲਦੇ ਨਾ, ਸਾਨੂੰ ਭੁੱਲਦੇ ਨਾ, ਸਾਨੂੰ ਭੁੱਲਦੇ ਨਾ ਪਰ ਉਪਕਾਰ ਗੁਰੂ ਜਗਜੀਤ ਸਿੰਘ ਦੇ, ਸਾਨੂੰ ਭੁੱਲਦੇ ਨਾ ਪਰ ਉਪਕਾਰ ਗੁਰੂ ਜਗਜੀਤ ਸਿੰਘ ਦੇ। ਬਹੁਤ ਬਹੁਤ ਸਾਰੀ ਸਾਧ ਸੰਗਤ ਜੀ ਦਾ ਧੰਨਵਾਦ, ਸਤਿਗੁਰੂ ਜੀ ਦਾ ਧੰਨਵਾਦ। ਸਾਡੇ ਕੋਲ ਕੋਈ ਗੁਣ ਨਹੀਂ, ਉਹਨਾਂ ਨੇ ਬੈਠ ਕੇ ਸਰਵਣ ਕੀਤਾ,